कीर्तन सुनना भी एक भगती है जे आप सानू करना ते सानू सुनना आ जाए ये भी एक भगती है जिन्हां दे अंदर लगन लगी है ना ओते फिर ऐतवार उड़ीकते रहते हैं कि कदों ऐतवार आएगा कदों जावांगे जाके गुरु के चरणों के विच बह के कीर्तन सुनांगे गुरु की वडियाई सुनांगे गुरु का जस करांगे ये सच्चाई है जिन्हां नूं लगन लग जाए मत किते अखां ते कीर्तन तेन भोजन चूड़ा ऐसियां रूहां मिलियां होंदियां ने जिन्हां दे रूह दी खुराक ही गुरु दी बाणी दा कीर्तन बन जांदा किन्नियां भागां वालियां रूहां होणगियां जिन्हां दी आत्मा दी रूह दी खुराक ही गुरु दा कीर्तन बन जाए पर ऐसी बख्शिश जे गुरु कृपा करे जे गुरु रहमत करे जे गुरु तरस करे ताई इहो ही अवस्था बन सकती है उतना नहीं पर जे भावना दे नाल श्रद्धा दे नाल आपां हाजरी भरांगे कोई पता नहीं केड़े वेले गुरु ने मेहरवारी नजर कर देनी है नानक नजरी नजर निहाल जिदन सच्चे पातशाह जी दी कृपा वाली नजर हो गई गुरु जी कृपा वाली नजर ने साडे जीवन नूं निहाल ਸੁਸਾਧ ਸਿੰਘ ਜੀ ਇੱਕ ਦੋ ਬੇਨਤੀਆਂ ਹਨ ਮਹਾਂਪੁਰਖਾਂ ਵੱਲੋਂ ਆਪ ਸੰਗਤ ਦੇ ਚਰਨਾਂ ਦੇ ਵਿੱਚ ਪਹਿਲੀ ਬੇਨਤੀ ਹੈ ਵੀ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਲਗਤੇ ਜਿਗਰ ਜਪੀ ਤਪੀ ਤਿਆਗੀ ਬੈਰਾਗੀ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਖਾੜਾ ਸਾਹਿਬ ਵਿਖੇ 18 ਅਤੇ 19 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਣਾ ਸੋ ਆਪ ਸੰਗਤ ਦੇ ਚਰਨਾਂ ਵਿੱਚ ਮਹਾਂਪੁਰਖਾਂ ਵੱਲੋਂ ਬੇਨਤੀ ਹੈ ਭਾਈ ਕਿ 2 ਦਿਨ ਦਾ ਸਮਾਗਮ 2 ਦਿਨ ਦੇ ਸਮਾਗਮ ਦੇ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜਿੱਥੇ ਆਪ ਹੋਣਾ ਉੱਥੇ ਹੋਰਨਾਂ ਨੂੰ ਪ੍ਰੇਰਨਾ ਦੇ ਕਰਕੇ ਲੈ ਕਰਕੇ ਸਮਾਗਮ ਦੇ ਵਿੱਚ ਆਉਣਾ ਸਮਾਗਮ ਦਾ ਜਿਹੜਾ ਪ੍ਰੋਗਰਾਮ ਹੈ 18 ਤਰੀਕ ਨੂੰ ਵੀ ਢਾਡੀ ਦਰਬਾਰ ਅਤੇ ਕੀਰਤਨ ਦਰਬਾਰ ਹੋਵੇਗਾ ਸਵੇਰੇ 10 ਵਜੇ ਤੋਂ ਲੈ ਕਰਕੇ 2 ਵਜੇ ਤੱਕ ਉਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਜਿਹੜਾ ਮਹੱਲਾ ਕੱਢਿਆ ਜਾਏਗਾ 19 ਨਵੰਬਰ ਦਾ ਆਪ ਸਾਨੂੰ ਪਤਾ ਹੈ ਕਿ ਗੁਰਮਤਿ ਸਮਾਗਮ ਹੁੰਦਾ ਹੈ ਜਿਸ ਗੁਰਮਤਿ ਸਮਾਗਮ ਦੇ ਵਿੱਚ ਪੰਥ ਦੀਆਂ ਸਮੂਹ ਸੰਪਰਦਾਵਾਂ ਦੇ ਸੰਤ ਮਹਾਂਪੁਰਖ ਸਿੰਘ ਸਾਹਿਬਾਨ ਕਥਾ ਵਾਚਕ ਪ੍ਰਸਿੱਧ ਰਾਗੀ ਢਾਡੀ ਜਿੱਥੇ ਆਪ ਸੰਤਾਂ ਨੂੰ ਗੁਰੂ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਅਤੇ 19 ਨਵੰਬਰ ਦਾ ਜਿਹੜਾ ਸਮਾਗਮ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ ਅਤੇ 19 ਨਵੰਬਰ ਨੂੰ ਹੀ ਅੰਮ੍ਰਿਤ ਸੰਚਾਰ ਹੋਣਾ ਹੈ ਇਹ ਖਾਸ ਬੇਨਤੀ ਹੈ ਜਿਹੜੇ ਲੇਕਿਨ ਗੁਰੂ ਵਾਲੇ ਨਹੀਂ ਬਣੇ ਮਹਾਂਪੁਰਖਾਂ ਵੱਲੋਂ ਬੇਨਤੀ ਪ੍ਰਵਾਨ ਕਰਿਓ ਭਾਈ ਆਪੋ ਆਪਣੇ ਮਨ ਬਣਾਓ ਜਿਨ੍ਹਾਂ ਸੰਗਤਾਂ ਦੇ ਮਨ ਬਣਨ 19 ਨਵੰਬਰ ਨੂੰ ਤਿਆਰ ਹੋ ਕਰਕੇ ਖੰਡੇ ਬਾਟੇ ਦੀ ਕੋਹ ਲੈ ਕਰਕੇ ਅੰਮ੍ਰਿਤ ਛੱਕ ਕੇ ਸਿੰਘ ਸੱਤ ਸੱਦ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਖੀ ਕਰ ਕਿਉਂਕਿ ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣਾ ਇੱਥੇ ਕੋਈ ਸਵਾਲ ਨਹੀਂ ਜਿੱਥੇ ਗੁਰੂ ਦਾ ਹੁਕਮ ਆ ਜਾਏ ਗੁਰੂ ਦਾ ਹੁਕਮ ਹੈ ਭਾਈ ਅੰਮ੍ਰਿਤ ਛਕਣਾ ਅਤੇ ਛਕਣਾ ਉੱਥੇ ਕੋਈ ਬਿੰਤੂ ਨਹੀਂ ਕੋਈ ਪੰਤੂ ਨਹੀਂ ਜਦੋਂ ਜਿੱਥੇ ਗੁਰੂ ਦਾ ਹੁਕਮ ਆ ਗਿਆ ਆਪੋ ਆਪਣੇ ਮਨ ਬਣਾਓ ਅਤੇ ਸਾਰੀਆਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਆਪ ਜੀ ਨੇ ਦਰਸ਼ਨ ਦੇਣੇ ਜੀ ਦੂਸਰੀ ਬੇਨਤੀ ਹੈ ਅਖਾੜਾ ਸਾਹਿਬ ਵਿਖੇ ਨਿਰੰਤਰ ਕਾਰ ਸੇਵਾਵਾਂ ਚੱਲ ਰਹੀਆਂ ਹਨ ਆਪਣੀਆਂ 10 ਮੋਹਾਂ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਸੇਵਾ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸੇ ਪਾ ਕੇ ਆਪਣਾ ਜਨਮ ਸਫਲ ਕਰੋ ਕਿਹੜੀਆਂ ਸੰਗਤਾਂ ਹਰੇਕ ਮਹੀਨੇ ਦੇਸ਼ ਦੀਆਂ ਸੰਗਤਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਦਸਵੰਧ ਦਿੰਦੇ ਹਨ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਵੱਲੋਂ ਸਾਰੇ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਆਓ ਹੁਣ ਅਨੰਦ ਸਾਹਿਬ ਫਿਰ ਹੁਕਮਨਾਮੇ ਅਰਦਾਸ ਫਿਰ ਹੁਕਮਨਾਮੇ ਸਰਵਣ ਕਰਕੇ ਦੇਗ ਦਾ ਪ੍ਰਸ਼ਾਦ ਲੈ ਕੇ
फिर उठने की चेतना करिया करो। मैं बड़ी बार अर्ज करी है कि जो अजय हुकुमनामा नहीं होंगे देखता प्रसाद वरता हूँ समय पहला ही जाके बाहर खड़ी हो जाती मां पुरख इस गल बड़ा महसूस करता कि भाई गुरु ग्रंथ साहब महाराज सच्चे पातशाह जी का आदर सत्कार बाबा सारिया ने मुख रखना है अरदास जुड़ना है हुकुमनामे सच्चे पातशाह के सरवण करो देखता प्रसाद लो व्यापी कृपा होगी जे आप महापुरुखों की संगत करते हैं फिर महापुरुखों के वचन भी तो मनीए ता ही कृपा होगी ता ही खुशी मिलेगी। सो आओ आनंद साहब के कोई भी दसना बानी ना लगे Yeah.
ਧੰਨ ਧੰਨ ਬਾਬਾ ਗੁਰਦਿੱਤਾ
ਗੁਰਦੁਆਰਾ ਉਦਾਸੀਨ ਬ੍ਰਹਮਾ ਕਾਲਾ ਸਾਹਿਬ ਮਾਨੀ ਵਿਖੇ ਮਹਾਂਪੁਰਸ਼ਾਂ ਦੇ ਤਪ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਪਾਵਨ ਪਵਿੱਤਰ ਸਦੀ ਹਜ਼ੂਰੀ ਅੰਦਰ ਮਹਾਰਾਜ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਸੱਜੇ ਸਨ ਮਹਾਰਾਜ ਸੱਜੇ ਹੋਏ ਦੀਵਾਨਾਂ ਵਿੱਚ ਆਉਣ ਦੇ ਬੱਚਿਆਂ ਨੇ ਮਹਾਰਾਜ ਜੀਓ ਆਰਤੀ ਕੀਰਤਨ ਕੀਤੇ ਗੁਰਮਤ ਦੀਆਂ ਵਿਚਾਰਾਂ ਕੀਤੀਆਂ ਮਹਾਰਾਜ ਸੁਰੂਚੀ ਸੇਵਾ ਨਿਭਾਉਂਦਿਆਂ ਹੋਇਆਂ ਆਪ ਜੀ ਦੇ ਬੱਚਿਆਂ ਕੋਲ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗਾਹਾਂ ਤੋਂ ਸੁਮੱਤ ਬਖਸ਼ਿਸ਼ ਕਰਨੀ ਮਹਾਰਾਜ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਨੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਗੁਰ ਭੇਟਾ ਦਰ ਪ੍ਰਵਾਨ ਕਰਨੀਆਂ ਕਦਮ ਕਰ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਆਪਣੇ ਦਰੋਂ ਭਰੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਵਾਲੇ ਜੀਵਨ ਬਖਸ਼ ਕੇ ਨਵਾਜਣਾ ਮਹਾਰਾਜ ਹਰ ਪ੍ਰਕਾਰ ਦੀਆਂ ਮਨਾਂ ਦੀਆਂ ਭਾਵਨਾਵਾਂ ਗੁਰਮੁਖ ਦੇ ਅਨੁਸਾਰ ਪੂਰੀਆਂ ਕਰਨੀਆਂ ਕਿਰਪਾ ਕਰਨੀ ਇਸੇ ਹੀ ਤਰ੍ਹਾਂ ਆਪਣੇ ਦਰੋਂ ਘਰੋਂ ਸਾਜੇ ਨਿਵਾਜੇ ਮਹਾਂਪੁਰਸ਼ਾਂ ਦੇ ਸੀਸ ਤੇ ਮਿਹਰ ਭਰਿਆ ਰੱਖਣਾ ਸਰੀਰ ਦੀਆਂ ਤੰਦਰੁਸਤੀਆਂ ਮਾਲਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣਾ ਗੁਰਦੁਆਰਾ ਉਦਾਸੀ ਬ੍ਰਹਮਾ ਕਾਲਾ ਸਾਹਿਬ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਆਪਣੇ ਸੇਵਾਦਾਰਾਂ ਨੂੰ ਨਾਮ ਦੀਆਂ ਦਾਤਾਂ ਗੁਰਸਿੱਖੀ ਵਾਲੇ ਜੀਵਨ ਬਖਸ਼ ਕੇ ਨਵਾਜਣਾ ਮਹਾਰਾਜ ਹਰ ਮਦਾਂ ਦੀ ਫਤਿਹ ਬਖਸ਼ਿਸ਼ ਕਰਨੇ ਮਹਾਰਾਜ ਜੀਓ ਦੀਵਾਨਾਂ ਦੀ ਸਮਾਪਤੀ ਨੂੰ ਮੁੱਖ ਰੱਖਦਿਆਂ ਮਹਾਰਾਜ ਆਪ ਜੀ ਦੇ ਭੋਗ ਲੱਗਣ ਵਾਸਤੇ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਜੀ ਦੇ ਲੰਗਰ ਦਾ ਕਾਲ ਹਾਜ਼ਰ ਹੈ ਮਹਾਰਾਜ ਆਪ ਜੀ ਕਰੋ ਕਿਰਪਾ ਭੋਗ ਲਾਓ ਭੋਗ ਲੱਗਿਆ ਹੋਇਆ ਸ਼ੀਲ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਜੁੜ ਕੇ ਜੋ ਜੀ ਸਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ਼ਿਵਾਏ ਮਹਾਰਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਹਰਮੀਤ ਸਿੰਘ ਪਰਮਜੀਤ ਕੌਰ ਮਹਾਰਾਜ ਹਰਮਨ ਕੌਰ ਆਸ਼ੀਸ਼ ਕੌਰ ਮਹਾਰਾਜ ਯੂ ਐਸ ਏ ਵਿਜੇ ਮਾਮ ਦਾ ਖੁਸ਼ੀ ਦੇ ਵਿੱਚ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਅੱਜ ਦੇ ਮਹਾਰਾਜ ਗਰੀਬਾਂ ਦੇ ਲੰਗਰ ਦੀ ਸੇਵਾ ਕਰ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਬੀਬੀ ਗੁਰਵਿੰਦਰ ਕੌਰ ਵਿਦੇਸ਼ ਪਹੁੰਚਣ ਦਾ ਸ਼ੁਕਰਾਨਾ ਕਰਦੇ ਹੋਏ ਮਹਾਰਾਜ ਮਨਦੀਪ ਸਿੰਘ ਕੈਨੇਡਾ ਵਿਜੇ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਮਹਾਰਾਜ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਜੋਰੀਆਂ ਕੀਤੀਆਂ ਮਹਾਰਾਜ ਆਪ ਘੱਟ ਘੜ ਕੇ ਅੰਦਰ ਕੀ ਜਾਣ ਤੋਂ ਮਹਾਰਾਜ ਜਿਨ ਬੋਲਿਆ ਸਭ ਕਿਸੇ ਜਾਮਦਾਰ ਕਿਸੇ ਆਗੈ ਕਿਚੈ ਅਰਦਾਸ ਦੇ ਮਹਾਂਵਾਕਾਂ ਅਨੁਸਾਰ ਸੰਗਤਾਂ ਦੀਆਂ ਮਹਾਰਾਜ ਹਰ ਪ੍ਰਕਾਰ ਦੀਆਂ ਮਨਾਂ ਦੀਆਂ ਭਾਵਨਾਵਾਂ ਗੁਰਮੁਖ ਦੇ ਅਨੁਸਾਰ ਪੂਰੀਆਂ ਕਰਨੀਆਂ ਮਹਾਰਾਜ ਹੁਣ ਆਪ ਜੀ ਕਰੋ ਕਿਰਪਾ ਚੱਲ ਰਹੇ ਗੁਰਬਾਣੀ ਦੇ ਪਵਿੱਤਰ ਪ੍ਰਵਾਹ ਦੇ ਵਿੱਚੋਂ ਪਾਵਨ ਪਵਿੱਤਰ ਹੁਕਮ ਬਖਸ਼ੋ ਗੁਰੂ ਦੇ ਚਰਨ ਦੀ ਆਗਿਆ ਬਖਸ਼ੋ ਸਹੀ ਗੁਰਮੁਖ ਪਿਆਰੇ ਸਤਸੰਗੀ ਜਨਾਂ ਦਾ ਮੇਲ ਕਰਾਉਣਾ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚਿਤਾਵੈ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸੀ ਬਨ ਕੋ ਹੁਕਮ ਹੈ ਗੁਰੂ ਮਾਇਓ ਪੰਥ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਹੋ ਚਾਹੈ ਰਾਜ ਕਰੇ ਸਤਿਗੁਰ ਪ੍ਰਸਾਦ
ਮੇਰੇ ਪਿਆਰਿਆਂ ਦੇ ਘਰ ਇੱਕ ਭਇਆ ਤੇ ਗਸਾਰੀ ਕਮਾਰਤੀ ਸਵਾਰਤੀ ਵਾਗੀ ਤੈਨ ਸਵਾਰੀ ਕਾਲੂ ਕਹਾ ਜਗ ਸਿੰਘ ਸਰਣ ਕਟ ਜਾਈਏ ਜੋ ਜਪਕ ਗ੍ਰਸ ਹੋ ਏਕ ਬੂੰਦ ਜਲ ਕਾਰਣੇ ਚਾਤ੍ਰਿਕ ਦੁਖ ਪਾਵੇ ਪ੍ਰਾਣ ਗਏ ਸਾਗਰ ਕਿਲੈ ਪੁਨ ਕਾਮ ਨਾ ਆਵੇ ਪ੍ਰਾਣ ਤੁਥਾ ਕੇ ਥਿਰ ਨਹੀਂ ਕੈਸੇ ਫਿਰ ਮਾਵੋ ਭੂਲ ਮੁਏ ਨੌਕਾ ਮਿਲੈ ਕਹੋ ਕਾਹੇ ਚੜ੍ਹਾਵੋ ਮੈਂ ਨਾਹੀਂ ਕਛ ਹਉ ਨਾਹੀਂ ਕਛ ਆਵੇ ਨਾ ਮੋਰਾ ਅਵਸਰ ਲੱਜਾ ਰਾਖ ਲੈ ਹੋ ਸਤਨਾ ਜਨ ਤੋਰਾ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਬ੍ਰਹਮ ਗੁਰ ਪ੍ਰਸਾਦ ਰਾਗ ਗੌਣ ਚੁਭਦੇ ਕਰ ਪਹਿਲਾ ਰੇ ਜੇ ਮਨ ਚਿੱਤ ਆਸ ਰੱਖੇ ਹਰ ਉੱਪਰ ਪਾਵਨ ਚਿੱਤੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਜਿਸਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰੇ ਆਸਮਾਈ ਮੇਰੇ ਮਨ ਆਸਾ ਕਰ ਜਗਦੀਸ ਗੁਸਾਈ ਜੋ ਬਿਨ ਹਰ ਆਸ ਅਵਰ ਕਾਬੂ ਕੀ ਕੀਜੈ ਸਾਨੇ ਫਲ ਆਸ ਸਭ ਬਿਰਥੇ ਜਾਈ ਰਹਾ ਜੋ ਜਿਸੈ ਮਾਇਆ ਮਹੋ ਕੁਟੁੰਬ ਸਭ ਮਤ ਦਿਸਕੀ ਆਸ ਲਗ ਜਨਮ ਗਵਾਈ ਮੇਰੇ ਮਨ ਆਸ ਕਰ ਹਰ ਤੇ ਤੂੰ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੁੰਬ ਸਭ ਚੜਾਈ ਜੇ ਕਿਛ ਆਸ ਅਵਰ ਕਰੈ ਪਰ ਮਿੱਤਰੇ ਮਤ ਤੂੰ ਜਾਣੈ ਤੇਰੇ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੇ ਭਾਉ ਦੂਜਾ ਹੈ ਕਿਨ ਮੈਂ ਝੂਠ ਬਿਣਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਨੂੰ ਆਸ ਕਰਾਵੈ ਜੈਸੀ ਕੋ ਆਸ ਕਰਾਈ ਕਿਛ ਕਿਸੀ ਕੈ ਹੱਥ ਨਹੀਂ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੋਝ ਬੁਝਾਈ ਜਨ ਨਾਨਕ ਕੀ ਆਸ ਹਰ ਦਰਸ਼ਨ ਦੇ ਹਰ ਦਰਸ਼ਨ ਜਗਤਾਈ ਗੋਂਦ ਮਹੱਲਾ ਚੌਥਾ ਐਸਾ ਹਰ ਸੇਵਿਐ ਨਿਤ ਧਿਆਈਐ ਜੋ ਕਿਨੈ ਕਿਲ ਵਿਕਲ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨੇ ਪਲ ਸਭ ਕਾਲ ਕਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਜਿਸ ਸੇਵਿਐ ਸਭ ਭੁੱਖ ਲਹਾਸਾ ਮੇਰੇ ਮਨ ਹਰ ਉਪਰ ਕੀਚੈ ਪਰਵਾਸਾ ਜਹ ਜਾਈਐ ਤੈ ਨਾਮ ਮੇਰਾ ਸਵਾਮੀ ਹਰ ਆਪਣੇ ਪੈਰ ਰਖੈ ਜਾਂਦਾ ਸਾਰਾ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਬਹਿ ਜੋ ਤੁਮਰੇ ਦੂਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਤੈ ਕਰੀਐ ਅਵਰਾ ਤੈ ਕਹਿ ਮਨ ਲਾਜ ਮਰਾਸਾ ਜੋ ਸੰਸਾਰ ਕੇ ਕੁਟੁੰਬ ਮਿੱਤਰ ਭਾਈ ਵਿਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਆਏ ਮਿਲਾਸਾ ਜਿਤ ਦਿਨ ਆਕਾ ਸੁਆਏ ਹੋਏ ਨਾ ਆਵੈ ਤਿਤ ਦਿਨ ਦੇਣਾ ਕੋ ਨਾ ਪੁੱਛ
ਸਾਸਾ ਮਨ ਮੇਰੇ ਆਪਣਾ ਹਰ ਸੇਤ ਰਾਤੀ ਜੋ ਦੁੱਖ ਗ੍ਰਹਿ ਦੁੱਖ ਸੁਖਾਸਾ ਇਸਦਾ ਪਰਵਾਸਾ